ਅਗੇ ਰਜਿੰਦਰ ਕੌਰ ਪੱਠਲ ਦੀ ਪੰਜਾਬ ਸਟੇਟ ਪਲੈਨਿੰਗ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਤੋਂ ਛੁੱਟੀ ਕਰਤੀ ਗਈ ਹੈ। ਪੰਜਾਬ ਸਰਕਾਰ ਨੇ ਪਲੈਨਿੰਗ ਬੋਰਡ ਨੂੰ ਭੰਗ ਕਰ ਦਿੱਤਾ ਹੈ। ਜੋ ਦੱਸ ਦੇ ਕਿ ਰਜਿੰਦਰ ਕੌਰ ਪੱਠਲ ਕਾਂਗਰਸ ਦੀ ਆਗੂ ਜਿਨ੍ਹਾਂ ਨੂੰ ਪੰਜਾਬ ਸਟੇਟ ਪਲੈਨਿੰਗ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਸਨ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ, ਅਹੁਦੇ ਦੀ ਛੁੱਟੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਪਲੈਨਿੰਗ ਬੋਰਡ ਨੂੰ ਭੰਗ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਅਹੁਦੇ ਤੋਂ ਛੁੱਟੀ ਹੋ ਗਈ ਹੈ। ਭਗਵੰਤ ਮਾਨ ਖੁਦ ਹੁਣ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਹੋਣਗੇ। ਹੁਣ ਪੱਠਲ ਨੂੰ सरकारी कोठी खाली करनी पवेगी ते सुरक्षा भी छड़नी पवेगी। तो दस दिए कि सरकार वालों बड़ी कार्रवाई की गई है जिस नाल रजिंदर कौर पठल पंजाब स्टेट प्लानिंग बोर्ड के जो वाइस प्रेजिडेंट का अहदा सी उस तो उन्होंने छुट्टी कर दी गई है, उन्होंने अहदे तो हटा दिता गया है। पंजाब सरकार ने प्लानिंग बोर्ड को भंग कर दिता है। दस दिए कि हुण भगवंत मान मुख्यमंत्री भगवंत मान खुद प्लानिंग कमिशन के चेयरमैन होणगे ते इस तो बाद हुण पठल ਤੇ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ, ਉੱਥੇ ਸੁਰੱਖਿਆ ਵੀ ਛੱਡਣੀ ਪਵੇਗੀ।